ਦੇਖ ਕੇ ਹੈਰਾਨ ਹੈ। ਕੀ ਗੱਲ, ਤੈਨੂੰ ਤੇਰੀ ਮਾਂ ਚੇਤੇ ਨਹੀਂ ਆਉਂਦੀ? ਚੇਤੇ ਤਾਂ ਮੰਮੀ ਤਾਂ ਆਵੇ ਜੇ ਮੈਂ ਇੱਕ ਵੀ ਪਲ ਇੱਕ ਵੀ ਸਾਹ ਤੁਹਾਨੂੰ ਭੁੱਲੀ ਹੋਵਾਂ। ਕੀ ਗੱਲ ਵੀਰੇ, ਇੱਧਰ ਕਾਹਤੋਂ ਲੈ ਆਇਆ, ਤੂੰ ਡਰਦਾ ਹੈ ਉਹਨਾਂ ਤੋਂ? ਵੀਰੇ ਮੈਂ ਤਾਂ ਭਾਬੀ ਦੀ ਅਕਲ ਤੇ ਹੈਰਾਨ ਹਾਂ, ਇਹਦੇ ਦਿਮਾਗ ਨੂੰ ਕੀ ਹੋ ਗਿਆ? ਜਦ ਆਪਾਂ ਇਹਦੇ ਪੇਕਿਆਂ ਨਾਲ ਵਰਤਦੇ ਨਹੀਂ, ਇਹ ਕਿਵੇਂ ਭੱਜ ਗਈ ਆਪਦੀ ਮਾਂ ਨੂੰ ਮਿਲਣ? ਕਿਵੇਂ ਦੇਖ ਜਾ ਕੇ ਐਂ ਭੱਜ ਕੇ ਜੱਫੀਆਂ ਪਾਉਂਦੀ ਹੈ? ਇਹਨੇ ਤਾਂ ਤੇਰਾ ਮਾਣ ਵੀ ਤੋੜ ਕੇ ਰੱਖਤਾ, ਜਿਹਨੇ ਮਿਲਣਾ ਹੀ ਸੀ ਆਪਦੀ ਮਾਂ ਨੂੰ, ਘੱਟੋ ਘੱਟ ਤੈਨੂੰ ਪੁੱਛ ਕੇ ਤਾਂ ਜਾਂਦੀ ਵੀ ਮੈਂ ਆਪਦੀ ਮਾਂ ਨੂੰ ਮਿਲਾਂ ਕਿ ਨਾ ਮਿਲਾਂ। ਉਹ ਤਾਂ ਸ਼ੁਕਰ ਆ ਮੇਰੀ ਮਾਂ ਨਹੀਂ ਆਈ, ਜੇ ਕਿਤੇ ਉਹ ਆਈ ਹੁੰਦੀ ਉਹਨੇ ਤਾਂ ਗੁੱਤਣੀ ਤੋਂ ਫੜ ਕੇ ਹੁਣੇ ਘੜੀਸ ਲਿਆਉਣੀ ਸੀ। ਵੀਰੇ ਤੂੰ ਵੀ ਖੜਾ ਇੱਥੇ ਦੇਖੀ ਜਾਂਦਾ ਆ, ਮਾਰ ਦਵਕਾ ਲਿਆਇਆ ਨੂੰ ਬਾਹਰ ਤੋਂ ਖਿੱਚ ਕੇ ਇੱਧਰ। ਵੀਰੇ ਹੁਣ ਨੀਵੀਂ ਪਾ ਕੇ ਖੜ ਗਿਆ, ਮੂੰਹੋਂ ਬੋਲ ਵੀ ਕੁਛ। ਜੇ ਸਹੀ ਪੁੱਛੇ ਨਾ ਗੁੱਡੀ ਤਾਂ ਮੈਂ ਬੋਲਣ ਜੋਗਾ ਕੁਛ ਰਿਹਾ ਵੀ ਨਹੀਂ। ਕਿਉਂ, ਤੈਨੂੰ ਬੋਲਣ ਨੂੰ ਕੀ ਹੁੰਦਾ, ਤੇਰੇ ਕੇ ਮੂੰਹ ਤੇ ਛਿੱਕਲੀ ਪੈ ਗਈ? ਛਿੱਕਲੀ ਨਹੀਂ ਭੈਣੇ, ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ, ਕਿਉਂਕਿ ਮੇਰੀ ਇੱਕ ਗਲਤੀ ਕਰਕੇ ਉਹ ਮਾਵਾਂ ਧੀਆਂ ਇੱਕ ਦੂਜੇ ਤੋਂ ਟੁੱਟੀਆਂ ਬੈਠੀਆਂ ਸੀ। 2.5 ਸਾਲ ਤੋਂ ਉੱਤੇ ਹੋ ਗਿਆ, ਨਾ ਮਾਂ ਆਪਦੀ ਧੀ ਨੂੰ ਮਿਲੀ ਅਤੇ ਨਾ ਧੀ ਮਾਂ ਨੂੰ, ਅਤੇ ਜਿਹੜਾ ਮੈਂ ਮੌਕਾ ਆਨੀ ਬਾਨੀ ਲੱਭਦਾ ਫਿਰਦਾ ਸੀ ਨਾ, ਉਹ ਰੱਬ ਨੇ ਆਪ ਹੀ ਦਿੱਤਾ। ਆਹ ਦੇਖ ਲਾ, ਆਏ ਤਾਂ ਇੱਥੇ ਆਪਾਂ ਘੁੰਮਣ ਸੀ ਅਤੇ ਉਹਦੀ ਮਾਂ ਨੂੰ ਮਿਲ ਗਈ। ਨਾ ਨਾ, ਅਚਾਨਕ ਨਹੀਂ, ਇਹ ਤਾਂ ਭਾਬੀ ਨੇ ਪੱਕਾ ਆਪਣੀ ਮਾਂ ਨੂੰ ਫੋਨ ਕਰਕੇ ਦੱਸਿਆ ਹੋਣਾ ਵੀ ਅੱਜ ਅਸੀਂ ਇੱਥੇ ਹੋਣਾ, ਤੁਸੀਂ ਵੀ ਪਹੁੰਚ ਜਾਓ ਇੰਨੇ ਟਾਈਮ 'ਤੇ। ਤੂੰ ਜੋ ਮਰਜ਼ੀ ਕਹਿ ਅਤੇ ਜੋ ਮਰਜ਼ੀ ਸਮਝ, ਪਰ ਜੋ ਮੈਂ ਚਾਹੁੰਦਾ ਸੀ ਉਹੀ ਹੋ ਰਿਹਾ। ਮੈਂ ਆਨੀ ਬਾਨੀ ਨਾ ਇੱਕ ਧੀ ਨੂੰ ਉਹਦੀ ਮਾਂ ਨਾਲ ਮਿਲਾਉਣਾ ਹੀ ਚਾਹੁੰਦਾ ਸੀ। ਤੂੰ ਵੀ ਜਾ ਕੇ ਉਹਦੀ ਮਾਂ ਦੇ ਪੈਰੀ ਪੈ ਜਾ, ਫਿਰ ਜਾਂਦਾ ਕਿਉਂ ਨਹੀਂ? ਸ਼ਰਮ ਮਾਰਦੀ ਆ, ਕਿਉਂਕਿ ਮੇਰੇ ਕਰਕੇ ਹੀ ਇਹਨਾਂ ਦੋਨਾਂ ਦਾ ਤੋੜ ਵਿਛੋੜਾ ਪਿਆ ਸੀ, ਜਦੋਂ ਕਿ ਇਹਨਾਂ ਦਾ ਕਸੂਰ ਤਾਂ ਕੋਈ ਵੀ ਨਹੀਂ ਸੀ। ਬਸ ਮੇਰੀ ਝੂਠੀ ਹੈਂਕੜਬਾਜ਼ੀ ਨੇ ਇਹਨਾਂ ਦੇ ਰਿਸ਼ਤਿਆਂ 'ਚ ਤਰੇੜ ਪਾ ਕੇ ਧਰਤੀ। ਕਿੱਦਾਂ ਦੇ ਦੋਹਰੇ ਮਾਪਦੰਡ ਆਪਾਂ ਅਪਣਾਉਂਦੇ ਹਾਂ, ਕਿੱਦਾਂ ਦੇ ਦਸੂਰ ਬਣੇ ਹੋਏ ਨਾ, ਇੱਕ ਨੂੰਹ ਅਤੇ ਇੱਕ ਧੀ ਦੇ, ਇੱਕ ਜਵਾਈ ਦੇ ਅਤੇ ਇੱਕ ਪੁੱਤ ਦੇ। ਆ ਸਹੁਰੇ ਘਰ ਨੂੰਹ ਦੇ ਨਾਲ ਕਿੰਨੀਆਂ ਵਧੀਕੀਆਂ ਹੁੰਦੀਆਂ ਨੇ, ਪਰ ਫਿਰ ਵੀ ਆਪਣਾ ਮਨ ਮਾਰ ਕੇ ਉੱਥੇ ਰਹਿੰਦੀ ਹੈ ਨਾ। ਅਤੇ ਜੇ ਜਮਾਈ ਨੂੰ ਸਹੁਰੇ ਘਰ ਮਾੜੀ ਜਿਹੀ ਵੀ ਕੋਈ ਗੱਲ ਕਹਿ ਦੇਵੇ ਨਾ, ਬਸ ਜਦੀ ਲਕੀਰ ਖਿੱਚ ਦਿੰਦਾ, ਆਪ ਤਾਂ ਉਹਨੇ ਕੀ ਪੈਰ ਪਾਉਣਾ ਅਤੇ ਉਹਨਾਂ ਦੀ ਧੀ ਨੂੰ ਵੀ ਰੋਕ ਦਿੰਦਾ। ਖਬਰਦਾਰ, ਜੇ ਤੂੰ ਅੱਜ ਤੋਂ ਬਾਅਦ ਪੇਕੇ ਪੈਰ ਪਾਇਆ ਤਾਂ ਤੂੰ ਚੱਲ ਇਹਦੀ ਗੱਲ ਤਾਂ ਛੱਡ, ਤੂੰ ਆਪਣੀਆਂ ਹੀ ਗੱਲ ਲੈ ਲਾ। ਕਿੰਨੀ ਵਾਰ ਤੇਰੀ ਸੱਸ ਨੇ ਤੇਰੇ ਪੇਕੇ ਆਉਣ 'ਤੇ ਰੋਕਿਆ ਨਾ, ਤੂੰ ਰੁਕੀ ਤਾਂ ਨਹੀਂ? ਹਰ ਵੇਲੇ ਤਲੜੇ ਕੱਢਦੀ ਰਹੀ ਨਾ ਵੀ ਨਹੀਂ, ਮੈਂ ਆਪਦੀ ਮਾਂ ਅਤੇ ਭਰਾ ਭਰਜਾਈ ਨੂੰ ਮਿਲ ਕੇ ਆਉਣਾ। ਜਦ ਤੇਰੇ ਦਿਲ ਦੇ ਵਿੱਚ ਇਹੋ ਜਿਹੀ ਫੀਲਿੰਗ ਆਉਂਦੀ ਆ ਤਾਂ ਤੂੰ ਆਪਦੀ ਭਾਬੀ ਦਾ ਸੋਚ, ਉਹਦੇ ਦਿਲ 'ਤੇ ਕੀ ਬੀਤਦੀ ਹੋਊ ਜਿਹੜੀ ਇੰਨੀ ਦੇਰ ਤੋਂ ਆਪਦੇ ਪੇਕੇ ਛੱਡੀ ਬੈਠੀ ਸੀ, ਉਹ ਵੀ ਸਿਰਫ ਮੇਰੇ ਕਰਕੇ। ਇੱਕ ਧੀ ਦੀ ਬੇਵਸੀ ਦੇਖੋ, ਕਿੰਨੇ ਦਰਦ ਅੰਦਰ ਲੁਕੋ ਕੇ ਬੈਠਦੀ ਹੈ, ਜਿਨ੍ਹਾਂ ਨੂੰ ਉਹ ਨਾ ਕਹਿ ਸਕਦੀ ਹੈ ਅਤੇ ਨਾ ਸਹਿ ਸਕਦੀ ਹੈ।